ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਟਾਈਮ ਅਸੀਂ ਚੰਡੀਗੜ੍ਹ ਤੋਂ ਜੁੜ ਚੁੱਕੇ ਹਾਂ ਸਰਦਾਰ ਰਜਿੰਦਰ ਸਿੰਘ ਜੀ ਸਾਡੇ ਨਾਲ ਕਾਲ ਤੇ ਮੌਜੂਦ ਨੇ ਰਜਿੰਦਰ ਸਿੰਘ ਜੀ ਗੁਰਫਤਿਹ ਦੀ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਅਕਾਲ ਚੈਨਲ ਤੇ ਸਵਾਗਤ ਕਰਦੇ ਆ ਕੀ ਕਹਿਣਾ ਚਾਹੋਗੇ ਜੀ ਅੱਜ ਜੋ ਕਿ ਚੰਡੀਗੜ੍ਹ ਦੇ ਵਿੱਚ ਵੀ ਅੱਜ ਵੋਟਾਂ ਪੈਣੀਆਂ ਸੀਗੀਆਂ ਕੀ ਮਾਹੌਲ ਰਿਹਾ ਔਰ ਕਿੰਨੇ ਪਰਸੈਂਟ ਜਿਹੜੀ ਹੈਗੀ ਪੋਲਿੰਗ ਹੋਈ ਹੈ ਅੱਜ ਚੰਡੀਗੜ੍ਹ ਦੇ ਵਿੱਚ ਸਵੇਰ ਤੋਂ ਹੀ ਤਕਰੀਬਨ 6:30 ਵਜੇ ਤੋਂ ਹੀ ਪੋਲਿੰਗ ਬੂਥ ਦੇ ਅੱਗੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸੀ ਤਕਰੀਬਨ 6:45 ਵਜੇ ਤੱਕ ਤਕਰੀਬਨ 63% ਤੋਂ ਉੱਪਰ ਜਿਹੜੀਆਂ ਵੋਟਾਂ ਉਹ ਭੁੱਕ ਚੁੱਕੀਆਂ ਸਨ ਔਰ ਮੈਂ ਤਕਰੀਬਨ ਕਾਫੀ ਏਰੀਏ ਦੇ ਵਿੱਚ ਜਾ ਕੇ ਹੋਰ ਵੀ ਆਪਣੀ ਵੋਟ ਪਾ ਕੇ ਸਵੇਰੇ 7 ਵਜੇ ਉਸ ਤੋਂ ਬਾਅਦ ਮੈਂ ਕਾਫੀ ਏਰੀਏ ਦੇ ਵਿੱਚ ਚੰਡੀਗੜ੍ਹ ਕਾਫੀ ਪੋਲਿੰਗ ਬੂਥ ਤੇ ਬਾਹਰ ਚੱਕਰ ਲਗਾਇਆ ਤੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਸੀ ਔਰ ਬਹੁਤ ਹੀ ਜ਼ਿਆਦਾ ਲੋਕਾਂ ਦੇ ਵਿੱਚ ਉਤਸ਼ਾਹ ਰਿਹਾ ਮੈਂ ਜਾਣਨਾ ਚਾਹਾਂਗਾ ਕਿ ਜਿਹੜੇ ਕੈਂਡੀਡੇਟ ਕਿਹੜੇ ਕਿਹੜੇ ਸੀਗੇ ਤੇ ਸਾਰੀ ਪਾਰਟੀਆਂ ਦੇ ਕਾਂਗਰਸ ਦੇ ਜਾਂ ਅਕਾਲੀ ਦਲ ਦੇ ਜਾਂ ਕਿਹੜੇ ਕਿਹੜੇ ਬੀਜੇਪੀ ਦੇ ਜਿਹੜੇ ਕੈਂਡੀਡੇਟ ਕਿਹੜੇ ਸੀ ਹਾਂਜੀ 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 ਇੱਥੇ ਚੰਡੀਗੜ੍ਹ ਤੋਂ ਸ੍ਰੀ ਪਵਨ ਬੰਸਲ ਜੀ ਜਿਹੜੇ ਕਿ ਸੈਂਟਰ ਦੇ ਵਿੱਚ ਮਿਨਿਸਟਰ ਵੀ ਰਹੇ ਹੈ 2 ਵਾਰੀ ਪਹਿਲੇ ਉਹ 3 ਵਾਰੀ MP ਵੀ ਰਹਿ ਚੁੱਕੇ ਹੈ ਔਰ ਬੀਜੇਪੀ ਤੋਂ ਮੈਡਮ ਕਿਰਨ ਖੇਰ ਜਿਹੜੀ ਕਿ ਮੌਜੂਦਾ MP ਸੀਗੀ ਔਰ ਉਹ ਇੱਕ ਮਿਸਟਰ ਹਰਮੋਹਨ ਧਵਨ ਜਿਹੜੇ ਪਹਿਲਾਂ ਵੀ ਇੱਕ ਸੈਂਟਰ ਦੇ ਵਿੱਚ ਮਿਨਿਸਟਰ ਰਹਿ ਚੁੱਕੇ ਆਮ ਆਦਮੀ ਪਾਰਟੀ ਤੋਂ ਉਹ ਉੱਥੇ ਖੜੇ ਸਨ ਹੋਰ ਵੀ ਦੂਜੀਆਂ ਪਾਰਟੀਆਂ ਤੋਂ ਕਾਫੀ ਛੋਟੇ ਛੋਟੇ ਉਮੀਦਵਾਰ ਰਹੇ ਹੈ ਪਵਨ ਬੰਸਲ ਕਾਂਗਰਸ ਤੋਂ ਖੜੇ ਸੀਗੇ ਹਾਂਜੀ ਪਵਨ ਬੰਸਲ ਕਾਂਗਰਸ ਤੋਂ ਖੜੇ ਸੀਗੇ ਪਵਨ ਬੰਸਲ ਕਾਂਗਰਸ ਤੋਂ ਪਵਨ ਬੰਸਲ ਕਾਂਗਰਸ ਤੋਂ ਸੀਗੇ ਕਿਰਨ ਖੇਰ ਜੀ ਬੀਜੇਪੀ ਤੋਂ ਸੀਗੇ ਤੇ ਹਰਮੋਹਨ ਧਵਨ ਆਮ ਆਦਮੀ ਪਾਰਟੀ ਤੋਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਜਿਹੜਾ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਜਿਹੜੀ PDA ਜਿਹੜੀ ਪਾਰਟੀ ਹੈਗੀ ਉਹਨਾਂ ਵੱਲੋਂ ਕੋਈ ਚੰਡੀਗੜ੍ਹ ਦੇ ਵਿੱਚ ਕੋਈ ਕੈਂਡੀਡੇਟ ਨਹੀਂ ਸੀਗਾ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਦਾ ਕੋਈ ਖਾਸ ਇੰਨਾ ਜ਼ੋਰ ਨਹੀਂ ਸੀ ਚੰਡੀਗੜ੍ਹ ਦੇ ਵਿੱਚ ਜ਼ਿਆਦਾ ਕਰਕੇ ਤਿਕੋਣਾ ਹੀ ਮੁਕਾਬਲਾ ਚੰਡੀਗੜ੍ਹ ਦੇ ਵਿੱਚ ਹੈਗਾ ਸੀਗਾ ਮੈਂ ਜਾਣਨਾ ਚਾਹਾਂਗਾ ਕਿ ਥੋੜਾ ਜਿਹਾ ਤੁਸੀਂ ਇਸ ਬਾਰੇ ਜ਼ਰੂਰ ਦੱਸੋ ਕਿ ਲੋਕਾਂ ਦੇ ਵਿੱਚ ਵੋਟਾਂ ਨੂੰ ਪਾਉਣ ਨੂੰ ਲੈ ਕੇ ਛੁੱਟੀ ਮਨਾਉਣ ਦੀ ਜਗ੍ਹਾ ਵੋਟਾਂ ਪਾਉਣ ਨੂੰ ਲੈ ਕੇ ਕਿੰਨਾ ਕੁ ਉਤਸ਼ਾਹ ਸੀਗਾ ਮੈਂ ਤੁਹਾਨੂੰ ਦੱਸ ਰਿਹਾ ਮੈਂ ਸਵੇਰੇ 6:45 ਘਰ ਤੋਂ ਨਿਕਲਿਆ ਸੀਗਾ ਰਸਤੇ ਦੇ ਵਿੱਚ ਲੋਕ ਇਸ ਤਰ੍ਹਾਂ ਜਾ ਰਹੇ ਸੀ ਜਿਸ ਤਰ੍ਹਾਂ ਕਿ ਉਹ ਮੇਲਾ ਲੱਗਿਆ ਹੁੰਦਾ ਤੇ ਸਾਰੇ ਆਪਣੇ ਆਪਣੇ ਪੋਲਿੰਗ ਬੂਥ ਦੀ ਸਾਈਡ ਸਾਡੇ ਨੇੜੇ ਹੀ ਸਾਡੇ ਥੋੜੀ ਜਿਹੀ ਦੂਰ ਤੇ ਸਕੂਲ ਸੀਗਾ ਜਿੱਥੇ ਪੋਲਿੰਗ ਸਟੇਸ਼ਨ ਪੋਲਿੰਗ ਹੋਣੀ ਸੀਗੀ ਔਰ ਲੋਕ ਸਵੇਰੇ ਸਵੇਰੇ ਜਾ ਰਹੇ ਸੀਗੇ ਕਿ ਮੈਂ ਲਾਈਨ 'ਚ ਲੱਗ ਜਾ ਮੈਂ ਲਾਈਨ 'ਚ ਲੱਗ ਜਾ ਸਵੇਰੇ ਸਵੇਰੇ ਸੰਡੇ ਦਾ ਦਿਨ ਸੀਗਾ ਔਰ ਲੋਕਾਂ ਨੇ ਸੋਚਿਆ ਕਿ ਅੱਜ ਆਪਾਂ ਸਵੇਰੇ ਆਪਣਾ ਨਹਾ ਧੋ ਕੇ ਨਿਕਲੇ ਸੀ ਲੋਕ ਸਾਰੇ ਬੜੇ ਵੈਲ ਡਰੈਸਡ ਸੀਗੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਚੰਡੀਗੜ੍ਹ ਦੇ ਵਿੱਚ ਤਾਂ ਸਾਰੀ ਵਧੀਆ ਜਿਹੜੀ ਹੈਗੀ ਆ ਉਹ ਇੱਥੋਂ ਦੀ ਲੋਕ ਹੈਗੇ ਆ ਔਰ ਉਹ ਸਵੇਰੇ ਸਵੇਰੇ ਸਾਰੇ ਲੋਕ ਬਿਲਕੁਲ ਲੇਡੀਜ਼ ਜੈਂਟਸ ਜਿੰਨੇ ਵੀ ਸੀਗੇ ਔਰ ਨੌਜਵਾਨ ਖਾਸ ਕਰਕੇ ਉਹਨਾਂ ਸਾਰਿਆਂ ਦੇ ਵਿੱਚ ਬਹੁਤ ਹੀ ਉਤਸ਼ਾਹ ਸੀ ਔਰ ਸਾਰੇ ਲਾਈਨਾਂ ਦੇ ਵਿੱਚ ਜਾ ਕੇ ਲੱਗ ਗਏ ਸੀ ਪੂਰੇ 7 ਵਜੇ ਪੋਲਿੰਗ ਸ਼ੁਰੂ ਹੋ ਗਈ ਸੀ ਔਰ ਬਹੁਤ ਹੀ ਜ਼ਿਆਦਾ ਉਤਸ਼ਾਹ ਸੀ ਲੋਕਾਂ ਦੇ ਵਿੱਚ ਠੀਕ ਹੈ ਠੀਕ ਹੈ ਰਜਿੰਦਰ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਔਰ ਸਾਰੇ ਕਾਫੀ ਜਿਹੜੀ ਜਾਣਕਾਰੀ ਆਪ ਜੀ ਨੇ ਸਾਂਝਾ ਕੀਤੀਆਂ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ ਬੋਲੇ ਸੋਨੇ ਹਾਲੇ